ਜੀ ਤੁਸੀਂ ਦੇਖ ਸਕਦੇ ਹੋ ਕਿ ਮੁਰਗਾ ਪੂਰਾ ਬਲੈਕ ਕਲਰ ਦਾ ਇਹਦੀ ਅੱਖਾਂ ਵੀ ਬਲੈਕ ਨੇ ਚੁੰਝ ਵੀ ਬਲੈਕ ਹੈ ਜੇ ਪੰਜੇ ਦੀ ਗੱਲ ਕੀਤੀ ਜਾਵੇ ਤੇ ਪੰਜੇ ਵੀ ਬਲੈਕ ਨੇ ਇਹਦੀ ਅੰਦਰੋਂ ਚਮੜੀ ਵੀ ਬਲੈਕ ਹੈ ਹਾਂਜੀ ਹਾਂਜੀ ਬਿਲਕੁਲ ਚਮੜੀ ਵੀ ਬਲੈਕ ਹੈ ਜੀ ਤੇ ਬਿਲਕੁਲ ਇੱਕ ਨਾਰਮਲ ਸਾਈਜ਼ ਦਾ ਅੰਡਾ ਜਿਵੇਂ ਆਮ ਹੁੰਦਾ ਪਰ ਕਲਰ ਥੋੜਾ ਜਿਹਾ ਜਿਹਾ ਦੇਸੀ ਅੰਡਾ ਤੁਸੀਂ ਦੱਸਿਆ ਉਸ ਤਰ੍ਹਾਂ ਹੈ ਜੀ ਅੰਡੇ ਦਾ ਗੱਲ ਕੀਤੇ ਵੀ ਇੱਕ ਅੰਡਾ ਕਿੰਨੇ ਦਾ ਵਿਕ ਜਾਂਦਾ ਸਰ 25 ਤੋਂ 30 ਰੁਪਏ ਦਾ ਇੱਕ ਅੰਡਾ ਵਿਕਦਾ ਹੈ ਇਹਦੇ ਐਗ ਦੇ ਵਿੱਚ ਵਿਟਾਮਿਨ B1 B2 B6 B12 ਵਿਟਾਮਿਨ ਸੀ ਵਿਟਾਮਿਨ ਈ ਵਿਟਾਮਿਨ ਡੀ ਹੁੰਦਾ ਆ ਹੁਣ ਗੱਲਬਾਤ ਕਰਦੇ ਹਾਂ ਕਿਸਾਨ ਭਰਾਵਾਂ ਲਈ ਕਿ ਕਿਸ ਤਰ੍ਹਾਂ ਜਿਹੜਾ ਕੜਕਨਾਥ ਬਰੀਡ ਆ ਫਾਇਦੇਮੰਦ ਹੋ ਸਕਦੀ ਹੈ ਹਾਂਜੀ ਸਰ ਕੜਕਨਾਥ ਬਹੁਤ ਫਾਇਦੇਮੰਦ ਆ ਇਹ ਇੱਕ ਤਾਂ ਅੱਛੀ ਕੀਮਤ ਦੇ ਵਿੱਚ ਵਿਕ ਜਾਂਦਾ ਆ ਔਰ ਦੂਸਰਾ ਇਹਦਾ ਮੀਟ ਵੀ ਕੋਸਟਲੀ ਵਿਕਦਾ ਆ ਔਰ ਇਹਨਾਂ ਨੂੰ ਜਿੱਦਾਂ ਸਾਡੇ ਕਿਸਾਨ ਵੀਰ ਜਿਹੜੇ ਆ ਉਹਨਾਂ ਕੋਲ ਤਕਰੀਬਨ ਸਾਰਾ ਕੁਝ ਅਰੇਂਜਮੈਂਟ ਹੁੰਦਾ ਆ ਉਹਨਾਂ ਨੂੰ ਜ਼ਿਆਦਾ ਸਪੈਸ਼ਲ ਅਰੇਂਜਮੈਂਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਆਪਣੇ ਘਰ ਦੇ ਵਿੱਚ ਕਿਸੇ ਵੀ ਕਮਰੇ ਦੇ ਵਿੱਚ ਰੱਖ ਸਕਦੇ ਆ ਇਹ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਸਿੱਖਿਆ ਵੀ ਲੈਣੀ ਪਈ ਕਿਉਂਕਿ ਜੇ ਸਾਡੇ ਕਿਸਾਨ ਭਰਾ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਵੀ ਇੱਕ ਮੈਸੇਜ ਆ ਕਿ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਪ੍ਰੋਪਰ ਸਿੱਖਿਆ ਲੈ ਕੇ ਰੱਖੋ ਹਾਂਜੀ ਸਰ ਅਸੀਂ ਸਟਾਰਟ ਕਰਨ ਤੋਂ ਪਹਿਲਾਂ ਕ੍ਰਿਸ਼ੀ ਵਿਗਿਆਨ ਕੇਂਦਰ ਜਲੰਧਰ ਤੋਂ ਇਹਦੀ ਟ੍ਰੇਨਿੰਗ ਲਈ ਸੀਗੀ ਵੈਸੇ ਤਾਂ ਘਰ ਦੇ ਵਿੱਚ ਜੇ 15-20 ਮੁਰਗੇ ਰੱਖਣੇ ਆ ਫਿਰ ਕੋਈ ਕਿਸੇ ਟ੍ਰੇਨਿੰਗ ਦੀ ਜ਼ਰੂਰਤ ਨਹੀਂ ਹੁੰਦੀ ਔਰ ਸਪੈਸ਼ਲ ਉਹਨਾਂ ਨੂੰ ਲਈ ਫੀਡ ਦੀ ਵੀ ਜ਼ਰੂਰਤ ਨਹੀਂ ਹੁੰਦੀ ਘਰ ਦੇ ਵਿੱਚ ਜੋ ਕੁਝ ਵੀ ਬਚਿਆ ਹੋਵੇ ਜੋ ਕੁਛ ਵੀ ਖਾਣਾ ਦਾਣਾ ਵੀ ਜਾਂ ਬਚੇ ਹੋਏ ਖਾਣਾ ਸਬਜ਼ੀਆਂ ਦੇ ਛਿਲਕੇ ਫਰੂਟ ਦੇ ਛਿਲਕੇ ਔਰ ਪੱਠੇ ਇਹ ਸਭ ਕੁਛ ਖਾ ਜਾਂਦੇ ਜੀ ਕੀ ਫਾਇਦੇਮੰਦ ਹੈ ਧੰਦਾ ਹਾਂਜੀ ਸਰ ਫਾਇਦੇਮੰਦ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਮੇਰਾ ਫਾਰਮ ਹਾਊਸ ਅਤੇ ਮੈਂ ਦਵਿੰਦਰ ਮੰਡ ਅਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਧੀਰੋਵਾਲ ਆਦਮਪੁਰ ਦੇ ਲਾਗੇ ਪਿੰਡ ਆ ਅਤੇ ਕਿਸਾਨ ਭਰਾਵਾਂ ਲਈ ਖਾਸ ਪ੍ਰੋਗਰਾਮ ਹੈ ਅਤੇ ਪਿੰਡ ਜਿਹੜੀ ਸਾਡੀ ਸਿੱਧੂ ਫੈਮਿਲੀ ਹੈ ਸਿੱਧੂ ਕੜਕਨਾਥ ਫਾਰਮ ਉਹਨਾਂ ਦਾ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਇੱਕ ਮੁਰਗੀ ਪਾਲਣ ਕੜਕਨਾਥ ਮੁਰਗੀ ਪਾਲਣ ਜਿਹੜਾ ਉਹ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਪਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਔਰ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰ ਤੁਹਾਡਾ ਵੀ ਸਾਡੇ ਫਾਰਮ 'ਤੇ ਬਹੁਤ ਬਹੁਤ ਸਵਾਗਤ ਹੈ ਵਾਹ ਮੇਰਾ ਫਾਰਮ ਹਾਊਸ ਦੇਖਦੇ ਅਤੇ ਸਾਡੇ ਫਾਰਮ 'ਤੇ ਸਵਾਗਤ ਕਿਆ ਬਾਤ ਹੈ ਮੈਮ ਕਲੈਸ਼ ਕਰਤਾ ਹੈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਕੜਕਨਾਥ ਮੁਰਗੇ ਦੀ ਇਹ ਮੈਡਮ ਇਹ ਜਿਹੜੀ ਬਰੀਡ ਹੈ ਕਿੱਥੇ ਦੀ ਹੈ ਅਤੇ ਤੁਸੀਂ ਕਿਵੇਂ ਇੱਥੇ ਲੈ ਕੇ ਆਏ ਸਰ ਇਹ ਆਪਣੀ ਇੰਡੀਆ ਦੀ ਬਰੀਡ ਆ MP ਦੇ ਵਿੱਚ ਝਬੂਆ ਹੈਗਾ ਉੱਥੋਂ ਬਰੀਡ ਆ ਅਤੇ ਉੱਥੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਇਹਨਾਂ ਨੂੰ ਡਿਵੈਲਪ ਕੀਤਾ ਆ ਜੀ 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 ਅਤੇ ਤੁਹਾਡੇ ਮਾਇੰਡ ਦੇ ਵਿੱਚ ਕਿਵੇਂ ਆਇਆ ਕਿ ਜਿਹੜੀ ਕੜਕਨਾਥ ਬਰੀਡ ਹੈ ਇਹੀ ਇੱਥੇ ਲੈ ਕੇ ਆਈ ਜਾਵੇ ਕਿਉਂਕਿ ਦੂਸਰਾ ਮੁਰਗੀ ਪਾਲਣ ਉਹ ਵੀ ਤੁਸੀਂ ਕਰ ਸਕਦੇ ਸੀਗੇ ਇਹੀ ਕਿਉਂ ਚੂਜ਼ ਕੀਤਾ ਸਰ ਇਹਦੀ ਆਪਾਂ ਜਦੋਂ ਸਟੱਡੀ ਕੀਤੀ ਤਾਂ ਇਹਨੂੰ ਮਤਲਬ ਬਹੁਤ ਜ਼ਿਆਦਾ ਬਿਮਾਰੀਆਂ ਨਹੀਂ ਹੁੰਦੀਆਂ ਇਹਦੇ 'ਚ ਮੈਡੀਸਨਲ ਵੈਲਿਊ ਬਹੁਤ ਜ਼ਿਆਦਾ ਆ ਅਤੇ ਇਸ ਕਰਕੇ ਅਸੀਂ ਸੋਚਿਆ ਵੀ ਪੋਲਟਰੀ ਫਾਰਮ ਸਿੰਪਲ ਪੋਲਟਰੀ ਫਾਰਮ ਖੋਲ੍ਹਣ ਨਾਲੋਂ ਕੜਕਨਾਥ ਦਾ ਪੋਲਟਰੀ ਫਾਰਮ ਖੋਲ੍ਹਿਆ ਜਾਵੇ ਅਤੇ ਦੂਸਰੇ ਮੁਰਗੇ ਦੇ ਨਾਲੋਂ ਕਾਫੀ ਐਕਸਪੈਂਸਿਵ 'ਚ ਇਹ ਹਾਂਜੀ ਸਰ ਉਹਦੇ ਨਾਲੋਂ ਐਕਸਪੈਂਸਿਵ ਆ ਜੀ ਸਰ ਜੀ ਸਰ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਤੁਸੀਂ ਦੱਸਿਆ ਕਿ ਮੈਨੂੰ ਵੀ ਕਾਫੀ ਬਿਮਾਰੀਆਂ ਨੇ ਘੇਰਿਆ ਹੋਇਆ ਸੀਗਾ ਜਿਵੇਂ ਬਲੱਡ ਪ੍ਰੈਸ਼ਰ ਹੋ ਗਿਆ ਮੋਟਾਪਾ ਹੋ ਗਿਆ ਅਤੇ ਕਿੰਨੇ ਟਾਈਮ ਬਾਅਦ ਜਦੋਂ ਤੁਸੀਂ ਅੰਡੇ ਖਾਣੇ ਸ਼ੁਰੂ ਕੀਤੇ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਇਆ ਸਰ ਮਹੀਨੇ ਕੁ ਬਾਅਦ ਤਕਰੀਬਨ ਮੈਨੂੰ ਕਾਫੀ ਇਹਦਾ ਅਸਰ ਜਿਹੜਾ ਦੇਖਣਾ ਸ਼ੁਰੂ ਹੋ ਗਿਆ ਸਰ ਮੇਰਾ ਬਲੱਡ ਪ੍ਰੈਸ਼ਰ ਵੀ ਸਹੀ ਹੋ ਗਿਆ ਅਤੇ ਸ਼ੂਗਰ ਵੀ ਸਹੀ ਹੋ ਗਈ ਅਤੇ ਸਰ ਸਟ੍ਰੈਸ ਵੀ ਸਹੀ ਹੋ ਗਿਆ ਅਤੇ ਮੈਂ ਸਰ ਹੁਣ ਬਿਲਕੁਲ ਸਹੀ ਹਾਂ ਜੀ ਮੁਰਗੇ ਦੀ ਗੱਲ ਕੀਤੀ ਜਾਵੇ ਮੈਮ ਕਿ ਮੁਰਗਾ ਕਈਆਂ ਦੇ ਵਿੱਚ ਬੜਾ ਭਰਮ ਹੈ ਕਿ ਮੁਰਗੇ ਦਾ ਜਿਹੜਾ ਅੰਡਾ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਮੁਰਗੇ ਦਾ ਜਿਹੜਾ ਅੰਡਾ ਹੈ ਉਹ ਕਾਲੇ ਕਲਰ ਦਾ ਹੁੰਦਾ ਪਰ ਉਸ ਤੋਂ ਪਹਿਲਾਂ ਮੁਰਗੇ ਦੀ ਗੱਲ ਕਰਦੇ ਹਾਂ ਮੁਰਗੇ ਦਾ ਕਲਰ ਕਿਹੜਾ ਹੁੰਦਾ ਹੈ ਅਤੇ ਕਿੰਨੀਆਂ ਜਿਹੜੀਆਂ ਬਰੀਡਸ ਇਹਦੇ ਵਿੱਚ ਆਉਂਦੀਆਂ ਨੇ ਸਰ ਕੜਕਨਾਥ ਦੇ ਵਿੱਚ 2-3 ਬਰੀਡ ਆ ਇਹਦੇ 'ਚ ਇੱਕ ਤਾਂ ਪਿਓਰ ਬਲੈਕ ਹੁੰਦਾ ਆ ਇਹਦੀ ਕਲਗੀ ਵੀ ਬਲੈਕ ਹੁੰਦੀ ਹੈ ਇਹਦੀ ਜ਼ਬਾਨ ਵੀ ਬਲੈਕ ਹੁੰਦੀ ਹੈ ਇਹਦੇ ਪੰਜੇ ਵੀ ਬਲੈਕ ਹੁੰਦੇ ਆ ਔਰ ਇੱਕ ਇਹਦੇ ਵਿੱਚ ਜਿਹਦੇ ਉੱਪਰ ਗੋਲਡਨ ਔਰ ਵਾਈਟ ਕਲਰ ਦੇ ਹੁੰਦੇ ਉਹਨੂੰ ਪੈਨਸਲ ਕੜਕਨਾਥ ਕਹਿੰਦੇ ਆ ਜੀ ਉਹ ਵੀ ਹੁੰਦਾ ਅਤੇ ਰੇਅਰਲੀ 1000 ਦੇ ਵਿੱਚੋਂ ਕੋਈ ਇੱਕ ਵਾਈਟ ਕਲਰ ਦਾ ਕੜਕਨਾਥ ਵੀ ਨਿਕਲਿਆ ਹੁੰਦਾ ਆ ਅਤੇ ਉਹ ਜਿਹੜਾ ਆ ਉਹਦਾ ਮੀਟ ਪਰ ਉਹਦਾ ਕਾਲਾ ਹੀ ਹੁੰਦਾ ਆ ਜੀ ਇਹਨਾਂ ਦੇ ਸੁਭਾਅ ਦੀ ਗੱਲ ਕੀਤੀ ਜਾਵੇ ਤਿੰਨਾਂ ਬ੍ਰੀਡਸ ਦਾ ਸੁਭਾਅ ਇੱਕੋ ਜਿਹਾ ਹੁੰਦਾ ਜਾਂ ਫਰਕ ਹੁੰਦਾ ਨਹੀਂ ਸਰ ਕਾਫੀ ਲੜਾਕਾ ਆ ਇਹ ਇਹਦੇ ਵਿੱਚ ਵੀ 2 ਬ੍ਰੀਡ ਹੁੰਦੀਆਂ ਇੱਕ ਸਿਰਫ ਲੜਨ ਲਈ ਵੀ ਹੁੰਦਾ ਆ ਅਤੇ ਇਹ ਜਿਹੜੇ ਹੈਗੇ ਆ ਇਹ ਅਸੀਂ ਰੱਖੇ ਆ ਜਿਹੜੇ ਲੇਅਰ ਫਾਰਮਿੰਗ ਲਈ ਜੀ ਜੀ ਗੱਲਬਾਤ ਕੀਤੀ ਜਾਵੇ ਇਹਨਾਂ ਦੀ ਫੀਡ ਦੀ ਕਿਹੜੀ ਕਿਹੜੀ ਫੀਡ ਇਹਨੂੰ ਪਾਈ ਜਾਂਦੀ ਹੈ ਅਤੇ ਕਦੋਂ ਤੱਕ ਇਹਨੂੰ ਜਿਹੜੀ ਆ ਬਚਪਨ ਤੋਂ ਸ਼ੁਰੂ ਕਰ ਦਿੱਤੀ ਜਾਂਦੀ ਫੀਡ ਜਾਂ ਕਿਸ ਤਰ੍ਹਾਂ ਹਾਂਜੀ ਸਰ ਜਿੱਦਾਂ ਆਪਾਂ 1 ਦਿਨ ਦਾ ਬੱਚਾ ਹੈਚਰੀ 'ਚੋਂ ਲੈ ਕੇ ਆਉਂਦੇ ਹਾਂ ਉਸ ਦਿਨ ਆਪਾਂ ਇਹਨਾਂ ਨੂੰ ਗੁੜ ਦਾ ਪਾਲਾ ਪਾਣੀ ਦਿੰਦੇ ਹਾਂ ਉਸ ਤੋਂ ਬਾਅਦ ਇਹਨਾਂ ਨੂੰ ਪ੍ਰੀ ਸਟਾਰਟਰ ਦਿੱਤੀ ਜਾਂਦੀ ਆ ਅਤੇ 1 ਮਹੀਨਾ ਪ੍ਰੀ ਸਟਾਰਟਰ ਦੇਣ ਤੋਂ ਬਾਅਦ ਚਿਕ ਕ੍ਰੰਬਲ ਦਿੰਦੇ ਆ
फिर दो ढाई महीनों तो बाद असी ग्रोअर दिंदे आ ते जो मुर्गियां अंडिया ते आ जांदियां ते इन्हां नूं लेयर फीड दित्ती जांदी। मैनूं लगदा साडे दर्शक भी देखना चाहूंगे क्योंकि बड़ा भरम है इन्हां दे इहदी स्किन दे उपर जिहड़े अंडे उपर। सब तो पहला सानूं मुर्गा फड़ के दिखाओगे, मुर्गा किस कलर दा ते उहदे जिहड़े पंजे आ उस ओह किहड़े कलर दे आ? सर की तुसीं जा सकदे हो जी मुर्गा फड़न? सर मुर्गा फड़ के लैके आउंदे आपां उस गलबात करदे आ जी। मैम जी गलबात कीती जावे चूचिआं दी, चूचे किन्ने टाइम बाद जिहड़ियां मुर्गियां देणा शुरू कर दिंदियां ने? सर मुर्गी जिहड़ी आ 5.5 महीनों की होंगी जदों अंडा देना शुरू करती है जी। तो स्टार्टिंग च अंडा इहदा बहुत छोटा हुंदा आ, फिर उस तो बाद थोड़ा थोड़ा साइज ठीक हो जाता आ। तो वैसे भी नॉर्मल जिहड़े अंडे नाल ओह कंपैरेटिवली थोड़ा छोटे साइज दा ही हुंदा क्योंकि बर्ड भी छोटा हुंदा आ जी। एक जिहड़े मुर्गा या मुर्गी दे विचों मीट किन्ना कु निकल आउंदा? सर मुर्गा जिहड़ा 1 किलो 700 ग्राम का हुंदा आ ते इहदे चो 1.25 किलो तो 1.5 किलो दे विच मीट निकल जांदा जी। उस तो बाद गल कीते भी बीमारियां दी, किहड़ियां किहड़ियां जिहड़ियां बीमारियां ये मुर्गा खाण दे नाल जां अंडा खाण दे नाल ठीक हो जांदियां ने? सर इहदे अंडे दे विच फैट बहुत घट हुंदी आ, 1% तो भी घट इहदे विच फैट हुंदी आ। इहदे विच B1, B6, B12 वाइटामिन सी ते वाइटामिन डी हुंदी आ, निकोन एसिड हुंदा आ, आयरन ते फास्फोरस हुंदी आ जी। जी तुसीं देख सकते हो कि मुर्गा पूरा ब्लैक कलर दा, इहदी अखां भी ब्लैक ने, चुंझ भी ब्लैक है, जे पंजे दी गल कीती जावे ते पंजे भी ब्लैक ने, इहदी अंदरों चमड़ी भी ब्लैक है। हाँ जी हाँ जी बिल्कुल चमड़ी भी ब्लैक है जी। तो सर तुसी देख सकते हो कि ये बिल्कुल जेड ब्लैक ब्रीड है, ये पंजे भी काले आ, इहदी अखां भी कालियां, इहदी चुंझ भी काली, इहदा कलर भी काला ते सर इहदी जिहड़ी चमड़ी आ उह भी बिल्कुल ब्लैक है जी। जी मुर्गा तो आपां देख लिया जी, हुण इस तों बाद गल करदे आपां अंडिया दी, क्योंकि अंडिया दा बड़ा भरम है कि कहिंदे कड़कनाथ दा जिहड़ा अंडा है उह ब्लैक कलर दा हुंदा, असीं अंडे देखणा चाहुंदे किस कलर दा अंडा? नहीं सर अंडा इहदा जिहड़ा देसी अंडे वर्गा हुंदा और नॉर्मल साइज हुंदा इहदा, तुहानूं हुणे अंडे दिखाने दे देखो जी अंडा बिल्कुल एक नॉर्मल साइज़ का अंडा जिवें आम हुंदा है पर कलर थोड़ा जिहा देसी अंडे दा तुसीं दस्सिया उस तरह है जी। अंडे दा गल कीते वे एक अंडा किन्ने दा बिक जांदा है? सर 25 तो 30 रुपए का एक अंडा बिकता है। हुण सर्दियां आ जाणियां उस तो उदों तो विंटर दे विच इहदी डिमांड ज़्यादा हुंदी आ। वैसे असी इतों जे मतलब 25 तो 30 रुपए के बेच दें। मीट की गल की जाए मीट किन्ने का बिक जाता? सर पर पीस के हिसाब न जाता आ, 1250-1300 का एक मुर्गा पूरा देईदा आ, तकरीबन 1.25 किलो मीट निकल आता। गल की जाए क्लाइमेट की कि कहड़ा मौसम जोड़ा है इन्हों बेस्ट है, क्योंकि कई जानवर होंगे ने उन्होंने गर्मी सही होंगी उन्होंने शरीर वास्ते जो सर्दी शरीर सही होंगी है? सर ये जंगली ब्रीड आ, ये हर तरह के मौसम के रह लेंदा आ, पर जदों असी मोस्टली की करते बच्चे जड़े आ वो गर्मियों के सीजन च कढ़ाए जाते हैं ताकि इन्हों ज़्यादा हीटिंग अरेजमेंट ना करना पवे। जे हीटिंग अरेजमेंट ज़्यादा करना पे सानू तो साडा खर्चा बच जाएगा जी। हुण गलबात करते हैं किसान भरावां लई कि किस तरह जिहड़ा कड़कनाथ ब्रीड आ फायदेमंद हो सकती है? हाँ जी सर कड़कनाथ बहुत फायदेमंद आ, ये एक तो अच्छी कीमत दे विच बिक जांदा आ और दूसरा इहदा मीट भी कॉस्टली बिकदा आ और इन्हां नूं जिद्दां साडे किसान वीर जिहड़े आ उन्हां को तकरीबन सारा कुछ अरेंजमेंट हुंदा आ, उन्हां नूं ज़्यादा स्पैशल अरेंजमेंट करन दी जरूरत नहीं पैंदी, अपने घर दे विच किसी भी कमरे दे विच रख सकदे आ, सारा दिन बाहर भी चुग के इह खा सकदे आ जी। जी जी हुण गलबात कीती जावे इहनां दी खुराक दी, कि कि खुराक जिहड़ी चूचिआं नूं पैंदी है कि खुराक जिहड़ी अडल्ट नूं पैंदी है? सर खुराक तो तकरीबन इको तरह बनाई जाती, उहदे विच अलग अलग तरह के न्यूट्रिएंट होंदे आ, जिहड़े सब तो छोटे बच्चे होंदे आ उन्हां नूं प्री स्टार्टर दित्ती जांदी आ, मतलब बहुत छोटा बहुत बरीक दाणा हुंदा ताकि वह आसानी नाल नगा सकन। उस तो बाद 2-2.5 महीनों ते उन्हां नूं ग्रोअर दित्ती जांदी आ जिहदे विच प्रोटीन ज़्यादा होवे ते वह ग्रो कर सकन जी। ते जदों मुर्गियां अंडिया ते आ जांदियां फिर उन्हां नूं लेयर फीड दित्ती जांदी। कड़कनाथ दी गल करिए इस तों अलावा तुसीं कोई होर ब्रीड भी रखी हुई है? हाँ जी सर असीं थोड़े जिहे देसी भी रखे हुए आ, देसी ब्रीड भी रखी हुई आ ते जी जी RIR है ते BV380 दे थोड़े जिहे बच्चे रखे हुए जी। एक आखिरी सवाल की ये काम करन तो पहला तुहानूं सिक्ख्या भी लैणी पई, क्योंकि जे साडे किसान भरा रखना चाहुंदे आ उहनां नूं भी एक मैसेज है कि जे तुसीं रखना चाहुंदे हो ते तुसीं प्रोपर सिक्ख्या लै के रखो। हाँ जी सर असीं स्टार्ट करन तो पहला कृषि विज्ञान केंद्र जलंधर तो इहदी ट्रेनिंग लई सीगी पोल्ट्री फार्म जी। ते
वैसे तो घर दे विच जे 15 20 मुर्गे रखने हैं फिर कोई किसी ट्रेनिंग की जरूरत नहीं होंगी और स्पैशल उन्होंने लई फीड की भी जरूरत नहीं होंगी। घर दे विच जो कुछ भी बचा होवे जो कुछ भी खाना दाना भी या बचे हुए खाना सब्जियां दे छिलके फ्रूट दे छिलके और पट्ठे ये सब कुछ खा जाते जी। जाते जाते साढ़े किसान भरावां लई कोई मैसेज देना चाहो? सर मैं किसान वीरां नूं यही कहना मांगूंगी भी तुसी अपने दूसरी खेती के नाल नाल एक सहायक धंधे वांगू ये भी जरूर करो ते उहदे तो अपनी इनकम वधाओ जी। की फायदेमंद है धंधा? हाँ जी सर फायदेमंद है जी। बहुत बहुत शुक्रिया जी गलबात करने लई। तुसी देखते रहो साडा चैनल मेरा फार्म हाउस। सत श्री अकाल।